ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਪਾਲਕ ਪਨੀਰ ਬਣਾ ਰਹੇ ਹਾਂ। ਪਾਲਕ ਪਨੀਰ, ਹਾਂ, ਲਾਲ ਮਿਰਚ, ਗਰਮ ਮਸਾਲਾ, ਜੀਰਾ, ਪਨੀਰ ਮਸਾਲਾ, ਰਿਫਾਇੰਡ ਆਇਲ, ਮੱਖਣ, ਦੇਸੀ ਘੇ, ਟਮੈਟੋ ਪਿਊਰੀ, ਇਹਦੇ ਵਿੱਚ ਹੈਗਾ ਅਦਰਕ, ਲਸਣ ਅਤੇ ਹਰੀ ਮਿਰਚ ਅਤੇ ਪਿਆਜ਼ਾਂ ਦੀ ਪੇਸਟ। ਸਭ ਤੋਂ ਪਹਿਲਾਂ ਅਸੀਂ ਪਾਲਕ ਨੂੰ ਥੋੜ੍ਹੀ ਜਿਹੀ ਸਟੀਮ ਦੇ ਲਈ ਹੈ ਕੁੱਕਰ ਦੇ ਵਿੱਚ। ਜਸਟ 5 ਮਿੰਟ ਵਾਸਤੇ ਰੱਖਣ ਦੀ ਲੋੜ ਹੈ ਇਸਨੂੰ, ਅਤੇ ਇਸ ਤੋਂ ਬਾਅਦ ਇਸਨੂੰ ਥੋੜ੍ਹਾ ਰਗੜ ਲੈਣਾ ਵਾ ਮਧਾਣੀ ਨਾਲ। ਇਹ ਅਸੀਂ ਇਲੈਕਟ੍ਰਿਕ ਮਧਾਣੀ ਨਾਲ ਰਗੜ ਰਹੇ ਹਾਂ, ਜ਼ਿਆਦਾ ਨਹੀਂ ਰਗੜਨਾ ਤਾਂ ਕਿ ਪੇਸਟ ਨਾ ਬਣ ਜਾਏ, ਬਸ ਓਨਾ ਹੀ ਰਗੜਨਾ ਕਿ ਥੋੜ੍ਹਾ ਖੜ੍ਹਾ ਵੀ ਰਹੇ ਪਰ ਜਿਹੜਾ ਪੱਤੇ ਪੱਤੇ ਨਾ ਦਿਖਾਈ। ਇਹ ਪਾਲਕ ਦੀ ਪੇਸਟ ਬਣ ਗਈ ਹੈ। ਹੁਣ ਅਸੀਂ ਇਸਨੂੰ ਭੁੰਨਣਾ ਵਾ। ਭੁੰਨਣ ਵਾਸਤੇ ਆਪਾਂ ਨੇ ਇਹਨੂੰ ਬਹੁਤ ਮੀਡੀਅਮ ਅੱਗ 'ਤੇ ਗੈਸ 'ਤੇ ਭੁੰਨਣਾ ਹੈ। ਇਹਦੇ ਨਾਲ ਪਾਲਕ ਦਾ ਪੱਕਿਆ ਹੋਇਆ ਸਵਾਦ ਆ ਜੂਗਾ, ਕੱਚੀ ਪਾਲਕ ਦਾ ਟੇਸਟ ਖਤਮ ਹੋ ਜਾਂਦਾ ਉਹਦੇ ਨਾਲ। ਸੋ ਭੁੰਨਣ ਵਾਸਤੇ ਮੀਡੀਅਮ ਹੀਟ 'ਤੇ ਰੱਖ ਕੇ ਇਹਦੇ ਵਿੱਚ ਥੋੜ੍ਹਾ ਜਿਹਾ ਦੇਸੀ ਘਿਓ ਪਾਓ। ਦੇਸੀ ਘਿਓ ਦੇ ਵਿੱਚ ਥੋੜ੍ਹਾ ਥੋੜ੍ਹਾ ਮੀਡੀਅਮ 'ਤੇ ਭੁੰਨ ਲੈਣਾ ਇਹਨੂੰ। ਥੋੜ੍ਹਾ ਜਿਹਾ ਕਲਰ ਚੇਂਜ ਹੋਏਗਾ, ਪਾਲਕ ਦਾ ਕਲਰ ਗ੍ਰੀਨ ਹੀ ਰਹੇ ਤਾਂ ਕਿ ਹਰਾ ਹੀ ਰਹੇ, ਇਸ ਕਰਕੇ ਇਸ ਚੀਜ਼ ਦਾ ਵੀ ਖਿਆਲ ਰੱਖਣਾ ਜ਼ਰੂਰੀ ਹੈ। ਜੇ ਆਪਾਂ ਜ਼ਿਆਦਾ ਇਹਨੂੰ ਪਕਾ ਲੈਂਦੇ ਹਾਂ ਤਾਂ ਇਹਦਾ ਕਲਰ ਜਿਹੜਾ ਵਾ ਚੇਂਜ ਹੋ ਜਾਂਦਾ, ਥੋੜ੍ਹਾ ਯੈਲੋ ਦੇ ਵਿੱਚ ਆ ਜਾਂਦਾ। ਇਸ ਕਰਕੇ ਇਸਨੂੰ ਗ੍ਰੀਨ ਰੱਖਣ ਵਾਸਤੇ ਥੋੜ੍ਹਾ ਹਲਕਾ ਜਿਹਾ ਹੀ ਭੁੰਨਣਾ ਵਾ, ਥੋੜ੍ਹਾ ਇਹਦਾ ਪਾਣੀ ਜਿਹੜਾ ਵਾ ਉਹ ਸੁਕਾਉਣਾ। ਇਹ ਹੁਣ ਪਾਲਕ ਦਾ ਕਲਰ ਇੰਝ ਹੈ ਜਿਵੇਂ ਮਹਿੰਦੀ ਗਿੱਲੀ ਕੀਤੀ ਹੋਵੇ। ਨਾਲੇ ਜਦੋਂ ਥੋੜ੍ਹਾ ਥੋੜ੍ਹਾ ਫੁੱਲਣੀ ਸ਼ੁਰੂ ਹੋ ਜਾਏ ਨੀਚੋਂ ਦੀ, ਉਦੋਂ ਭੁੱਜਣੀ ਸ਼ੁਰੂ ਵੀ ਹੋ ਜਾਂਦੀ ਹੈ। ਪਾਲਕ ਭੁੱਜ, ਇਸ ਪਾਲਕ ਦੀ ਪੇਸਟ ਨੂੰ ਆਪਾਂ ਨੇ ਹੁਣ ਸਾਈਡ 'ਤੇ ਰੱਖਣਾ ਅਤੇ ਮਸਾਲਾ ਤਿਆਰ ਕਰਨਾ। ਮਸਾਲਾ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਰਿਫਾਇੰਡ ਆਇਲ, ਥੈਂਕ ਯੂ ਟ੍ਰਿਸ਼, ਥੋੜ੍ਹਾ ਜਿਹਾ ਫਲੇਵਰ ਲਈ ਦੇਸੀ ਘਿਓ, ਇਸ ਦੇ ਵਿੱਚ ਜੀਰਾ, ਮੇਰੀ ਹੈਲਪਰ ਬਹੁਤ ਵਧੀਆ, ਜਿਵੇਂ ਮੈਂ ਬੋਲਦੀ ਹਾਂ ਉਵੇਂ ਹੀ ਨਾਲ ਦੀ ਨਾਲ ਸਮਾਨ ਵੀ ਪਾਉਣਾ ਸ਼ੁਰੂ ਕਰ ਦਿੰਦੀ ਹੈ। ਜੀਰਾ ਪਾਉਣ ਤੋਂ ਬਾਅਦ ਅਸੀਂ ਇਹਦੇ 'ਚ ਪਾਉਣਾ ਮੈਂ ਜਿੰਜਰ ਅਤੇ ਗਾਰਲਿਕ ਦੀ ਪੇਸਟ। ਮੈਂ ਹਰੀ ਮਿਰਚ ਹਲੇ ਨਹੀਂ ਪਾਣੀ, ਨਹੀਂ ਤਾਂ ਹਰੀ ਮਿਰਚ ਜੇ ਭੁੱਜਣੀ ਸ਼ੁਰੂ ਹੋ ਜਾਏਗੀ ਤਾਂ ਫਿਰ ਇਹਦੇ ਨਾਲ ਜਿਹੜਾ ਵਾ ਹਵਾ ਦੇ ਵਿੱਚ ਗਲੇ ਦੀ ਚੜੇਗੀ। ਇਸ ਕਰਕੇ ਇਕੱਲਾ ਜੀਰਾ ਜਿੰਜਰ ਅਤੇ ਗਾਰਲਿਕ ਦੀ ਪੇਸਟ ਨੂੰ ਥੋੜ੍ਹਾ ਭੁੰਨਣਾ। ਉਸ ਤੋਂ ਬਾਅਦ ਥੋੜ੍ਹੀ ਜਿਹੀ ਸੌਤੇ ਕਰਨ ਤੋਂ ਬਾਅਦ ਇਸ ਵਿੱਚ ਐਡ ਕਰਨਾ ਹੈ ਪਿਆਜ਼ਾਂ ਦੀ ਪੇਸਟ। ਇਹ ਬੇਸਿਕ ਹੈ ਕਿਸੇ ਵੀ ਤਰ੍ਹਾਂ ਦੀ ਕੁਕਿੰਗ ਵਾਸਤੇ। ਜਿਹੜਾ ਜੀਰਾ ਪਹਿਲਾਂ ਆਪਾਂ ਸੌਟੇ ਕਰਦੇ ਹਾਂ, ਫਿਰ ਉਹਦੇ ਵਿੱਚ ਜਿੰਜਰ ਗਾਰਲਿਕ ਪਾ ਕੇ ਉਹਦੇ ਵਿੱਚ ਪਿਆਜ਼ਾਂ ਦੀ ਪੇਸਟ ਕਰਕੇ ਜਦੋਂ ਪਿਆਜ਼ਾਂ ਨੂੰ ਬਰਾਊਨ ਕਰਦੇ ਹਾਂ, ਇਹ ਇੰਡੀਅਨ ਕੁਕਿੰਗ ਦੇ ਕਿਸੇ ਵੀ ਚੀਜ਼ ਦਾ ਬੇਸਿਕ ਹੈ। ਹਰ ਬੇਸਿਕਸ ਦੇ ਵਿੱਚ ਆਪਾਂ ਪਹਿਲਾਂ ਇਹ ਚੀਜ਼ ਕਰਦੇ ਹਾਂ, ਫਿਰ ਕਿਹੜੀ ਚੀਜ਼ ਬਣਾਉਣੀ ਆ ਉਸ ਦੇ ਹਿਸਾਬ ਨਾਲ ਟਮਾਟਰ ਪਾਉਣਾ ਕਿ ਨਹੀਂ ਪਾਉਣਾ ਡਿਸਾਈਡ ਕਰਦੇ ਹਾਂ। ਜਦੋਂ ਇਹ ਥੋੜ੍ਹਾ ਜਿਹਾ ਬਰਾਊਨ ਹੋ ਜਾਊਗਾ ਪਿਆਜ਼ ਦਾ ਕਲਰ, ਥੋੜ੍ਹਾ ਜਿਹਾ ਹਲਕਾ ਜਿਹਾ ਬਰਾਊਨ ਹੋਇਆ ਤਾਂ ਉਹਦੇ ਵਿੱਚ ਆਪਾਂ ਕੀ ਪਾਤਾ, ਟਮਾਟਰ ਦੀ ਪੇਸਟ ਪਾਤੀ ਆ। ਸਾਰੀਆਂ ਇੰਡੀਅਨ ਕੁਕਿੰਗ ਦੇ ਵਿੱਚ ਸਬਜ਼ੀਆਂ 'ਚ ਟਮਾਟਰ ਨਹੀਂ ਪੈਂਦਾ, ਪਰ ਜ਼ਿਆਦਾਤਰ ਟਮਾਟਰ ਪਾਈਦਾ ਹੀ ਹੈ ਮਸਾਲਾ ਜਦੋਂ ਤਿਆਰ ਕਰੀਦਾ। ਇਹ ਹਰ ਚੀਜ਼ ਦਾ ਆਪਣਾ ਫਲੇਵਰ ਹੁੰਦਾ, ਲਸਣ ਦਾ ਆਪਣਾ ਫਲੇਵਰ ਹੈ, ਅਦਰਕ ਦਾ ਆਪਣਾ ਅਤੇ ਅਨੀਅਨ ਦਾ ਆਪਣਾ ਵਾ। ਥੋੜ੍ਹਾ ਇਹਨੂੰ ਪੇਸਟ ਨੂੰ ਬਣ ਲੈਣ ਦਿਓ। ਮਸਾਲਾ ਉਦੋਂ ਭੁੱਜਦਾ ਵਾ ਜਦੋਂ ਤੁਸੀਂ ਇਹਨੂੰ ਨਾਲ ਦੀ ਨਾਲ ਹਿਲਾਈ ਵੀ ਜਾਈਦਾ, ਅਤੇ ਐਟ ਦਾ ਸੇਮ ਟਾਈਮ ਜਿਹੜਾ ਆਪਾਂ ਪਹਿਲਾਂ ਆਇਲ ਪਾਇਆ ਸੀ, ਜਦੋਂ ਮਸਾਲਾ ਥੋੜ੍ਹਾ ਜਿਹਾ ਆਇਲ ਛੱਡਣਾ ਸ਼ੁਰੂ ਕਰ ਦਿੰਦਾ ਉਸ ਟਾਈਮ ਮਸਾਲਾ, ਉਹ ਨਿਸ਼ਾਨੀ ਹੁੰਦੀ ਹੈ ਕਿ ਮਸਾਲਾ ਭੁੱਜ ਰਿਹਾ।
ਇਹਦੇ ਵਿੱਚ ਤੁਸੀਂ ਹੁਣ ਇਸ ਟਾਈਮ ਆਪਾਂ ਇਹਦੇ ਵਿੱਚ ਹਰੀ ਮਿਰਚ ਪਾ ਸਕਦੇ ਹਾਂ। ਹਲਦੀ, ਹੋਰ ਥੋੜ੍ਹੀ ਦੇਰ ਨੂੰ ਇਹਦਾ ਜਿਹੜਾ ਵਾ ਤੁਸੀਂ ਦੇਖੋਗੇ ਕਿ ਇਹਦੇ ਵਿੱਚੋਂ ਓਇਲ ਛੱਡਣਾ ਅਲੱਗ ਸ਼ੁਰੂ ਹੋ ਜੂਗਾ। ਹੁਣ ਓਇਲ ਸਾਰਾ ਪੇਸਟ ਦੇ ਵਿੱਚ ਮਿਕਸ ਹੈ, ਹੌਲੀ ਹੌਲੀ ਜਿਹੜਾ ਓਇਲ ਮਸਾਲਾ ਜਿਹੜਾ ਓਇਲ ਨੂੰ ਛੱਡਣਾ ਸ਼ੁਰੂ ਕਰ ਦੂਗਾ। ਇਹਦਾ ਮਤਲਬ ਕਿ ਤੁਸੀਂ ਓਇਲ ਨੂੰ ਸਾਈਡ 'ਤੇ ਅਲੱਗ ਦੇਖਣਾ ਸ਼ੁਰੂ ਕਰ ਦੋਗੇ। ਉਹ ਉਸ ਟਾਈਮ ਉਹ ਨਿਸ਼ਾਨੀ ਹੈ ਇੱਕ ਤਰੀਕੇ ਨਾਲ ਕਿ ਤੁਹਾਡਾ ਮਸਾਲਾ ਜਿਹੜਾ ਰੈਡੀ ਹੈ। ਮਸਾਲਾ ਹੁਣ ਰੈਡੀ ਹੈ, ਹੁਣ ਇਹਦੇ 'ਚ ਆਪਾਂ ਨਮਕ ਪਾਉਣਾ। ਨਮਕ ਪਾਲਕ ਵਿੱਚ ਥੋੜ੍ਹਾ ਘੱਟ ਹੀ ਪਾਉਣਾ ਕਿਉਂਕਿ ਪਾਲਕ ਦੇ ਵਿੱਚ ਵੀ ਥੋੜ੍ਹਾ ਨਮਕ ਦਾ ਸਵਾਦ ਰਹਿੰਦਾ ਵਾ। ਸੋ ਥੋੜ੍ਹਾ ਜਿਹਾ ਵੀ ਨਮਕ ਜ਼ਿਆਦਾ ਪਾਇਆ, ਜਿਵੇਂ ਆਪਾਂ ਆਮ ਸਬਜ਼ੀ 'ਚ ਪਾਉਂਦੇ ਹਾਂ ਜੇ ਉਵੇਂ ਪਾਉਂਦੇ ਹਾਂ ਤਾਂ ਪਾਲਕ 'ਚ ਨਮਕ ਜ਼ਿਆਦਾ ਟੇਸਟ ਕਰਦਾ ਵਾ। ਪਾਲਕ ਦੇ ਵਿੱਚ ਆਪਣਾ ਨਮਕ ਦਾ ਸਵਾਦ ਹੁੰਦਾ ਵਾ। ਨਮਕ ਤੋਂ ਬਾਅਦ ਇਸ ਦੇ ਵਿੱਚ ਪਾਉਣਾ ਮੈਂ ਲਾਲ ਮਿਰਚ ਅਤੇ ਗਰਮ ਮਸਾਲਾ। ਮਿਕਸ ਕਰਕੇ ਚੰਗੀ ਤਰ੍ਹਾਂ ਲਾਲ ਮਿਰਚ ਗਰਮ ਮਸਾਲਾ ਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਇਹਦੇ ਵਿੱਚ ਥੋੜ੍ਹਾ ਜਿਹਾ ਮਸਾਲੇ ਦੇ ਵਿੱਚ ਥੋੜ੍ਹਾ ਜਿਹਾ ਅਸੀਂ ਪਾਣੀ ਪਾਇਆ, ਜਿਵੇਂ 2 ਚਮਚ ਪਾਣੀ ਪਾਇਆ। ਥੋੜ੍ਹਾ ਮਸਾਲੇ ਦੀ ਪੇਸਟ ਥੋੜ੍ਹੀ ਥਿੱਕ ਹੋ ਗਈ ਸੀਗੀ ਉਸ ਕਰਕੇ, ਹੁਣ ਤਾਂ ਕਿ ਇਹਦੇ ਵਿੱਚ ਹੁਣ ਜਦੋਂ ਪਨੀਰ ਪਾਵਾਂਗੇ ਲਪੇਟਿਆ ਜਾਵੇ। ਸੋ ਇਹਦੇ ਵਿੱਚ ਪਨੀਰ ਐਡ ਕਰਤਾ ਹਾਂ। ਹੁਣ ਇਹਦੇ ਵਿੱਚ ਪਨੀਰ ਅਤੇ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਵਾ। ਹੁਣ ਲਾਸਟ ਚੀਜ਼ ਇਹਦੇ 'ਚ ਰਹਿ ਗਈ ਹੈ ਕਿ ਆਪਾਂ ਇਹਦੇ ਵਿੱਚ ਪਾਲਕ ਨੂੰ ਮਿਲਾਉਣਾ ਵਾ। ਸੋ ਪਾਲਕ ਨੂੰ ਮਿਲਾਉਣ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਭੁੰਨਣਾ ਵਾ। ਇਹ ਨਾ ਖਿਆਲ ਰੱਖਣਾ ਕਿ ਇਹ ਜਿਹੜੀ ਹੈ ਪੇਸਟ ਵਾਂਗੂ ਬਣਦਾ ਪਾਲਕ ਪਨੀਰ। ਜੇ ਤੁਹਾਨੂੰ ਲੱਗਦਾ ਕਿ ਇਹ ਥੋੜ੍ਹਾ ਜ਼ਿਆਦਾ ਗਾੜਾ ਵਾ ਤਾਂ ਤੁਸੀਂ ਪਾਣੀ ਐਡ ਕਰਕੇ ਉਹਨੂੰ ਥੋੜ੍ਹਾ ਦੇਰ ਕੁੱਕ ਕਰ ਸਕਦੇ ਹੋ, ਉਹਨੂੰ ਥੋੜ੍ਹੀ ਦੇਰ ਹੋਰ ਰਿਝਾ ਸਕਦੇ ਹੋ ਤਾਂ ਉਹਦਾ ਜਿਹੜਾ ਵਾ ਤਾਂ ਕਿ ਉਹਦੀ ਦੇਖਣ ਖਾਣ ਦੇ ਵਿੱਚ ਅਤੇ ਉਹਦੀ ਪੇਸਟ ਜਿਹੜੀ ਆ ਉਹ ਸਹੀ ਰਹੇ। ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਇਹਦੇ ਵਿੱਚ। ਹੁਣੇ ਪਾਲਕ ਪਨੀਰ ਰੈਡੀ ਹੈ। ਸੋ ਜਿਵੇਂ ਇਹਨੂੰ ਭਾਵੇਂ ਮੱਖਣ ਇਹਦੇ ਉੱਪਰ ਮੱਖਣ ਪਾ ਕੇ ਥੋੜ੍ਹਾ ਇਹਦਾ ਫਲੇਵਰ ਹੋਰ ਅੱਛਾ ਆ ਜਾਂਦਾ ਵਾ। ਭਾਵੇਂ ਨਾਲ ਨਾਲ ਖਾਓ ਪਾਲਕ ਪਨੀਰ, ਇਹੋ ਜਿਹੀ ਸਬਜ਼ੀ ਹੈ। ਭਾਵੇਂ ਆਪਣਾ ਫੁਲਕਾ ਬਣਾ ਕੇ ਖਾਓ, ਹੈ ਨਾ, ਮੱਕੀ ਦੀ ਰੋਟੀ ਨਾਲ ਕਈ ਲੋਕ ਬਹੁਤ ਲਾਈਕ ਕਰਦੇ ਆ। ਬਸ ਥੋੜ੍ਹਾ ਜਿਹਾ ਧਿਆਨ ਰੱਖਣਾ ਕਿ ਇਹਦੇ 'ਚ ਉਹਨੂੰ ਨਮਕ ਪਾਉਣਾ ਵਾ, ਨਮਕ ਥੋੜ੍ਹਾ ਘੱਟ ਰੱਖਣਾ। ਸੋ ਇਹ ਸਾਡਾ ਪਾਲਕ ਪਨੀਰ ਰੈਡੀ ਹੈ। ਮੱਖਣ ਦੇ ਨਾਲ ਇਹਦੀ ਰੈਡੀ ਟੂ ਈਟ। ਮੇਕ ਸ਼ੋਰ ਟੂ ਸਬਸਕ੍ਰਾਈਬ, ਲਾਈਕ, ਸ਼ੇਅਰ ਔਰ ਕਮੈਂਟ ਕਰੋਗੇ।